ਲਾਈਨਾਂ ਨਹੀਂ ਗਿਣ ਸਕਦਾ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ, ਦਸ ਕੀ ਹੈ, ਕਿਤਨੀ ਲਾਈਨ ਹੈ ਇਧਰ ਕੋ, ਗਿਣਤੀ ਕਰ, ਤਿੰਨ ਲਾਈਨ ਇਧਰ ਕੋ ਆ, ਇਧਰ ਕੋ ਕਿਤਨੀ ਹੈ, ਇੱਕ ਦੋ ਚਾਰ ਪੰਜ, ਆ ਗਏ ਵੀ ਹੈ ਨਾ, ਚਾਰ ਹੈ, ਪੰਜ ਹੀ ਮੈਂ ਕਹਿ ਰਹਾ ਹੂੰ, ਇਧਰ ਕੋ ਦਸ ਹੈ, ਦਸ ਹੈ, ਖੰਡ ਮਿਕਸ ਹੈ, ਜੇ ਸ਼ੱਕਰ ਨੀ ਖਾਏਗੇ ਲੋਕ ਖੰਡ ਖਾਏਗੇ, ਠੀਕ ਹੈ, ਓਕੇ ਮੁੱਖ ਅਫਸਰ ਸਾਡਾ ਮੀਟਿੰਗ ਆ, ਅੱਜ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਨੀਟੂ ਜਿਹੜਾ ਵੇਲਣੇ ਵਾਲਾ ਹੈਗਾ ਇਹ ਗੁੜ ਬਣਾਉਂਦਾ ਆ, ਬਟ ਇਹ ਕੈਮੀਕਲ ਤੇ ਚੀਨੀ ਜਿਹੜੀ ਆ ਮਾੜੇ ਦਰਜੇ ਦੀ ਚੀਨੀ ਮਿਲਾ ਕੇ ਤੇ ਖੰਡ ਕਰਦਾ, ਅੱਜ ਇਹਦੇ ਕੋਲ ਜਿਹੜੀ ਆ ਭਾਰੀ ਮਾਤਰਾ ਦੇ ਵਿੱਚ ਚੀਨੀ ਬਾਹਰੋਂ ਆ ਕੇ ਉਤਰੀ ਆ, ਤੇ ਜਿਹੜਾ ਆ ਉਹਨੂੰ ਟਿਕਾਣੇ ਲਗਾਏਗਾ ਤੇ ਫਿਰ ਹੌਲੀ ਹੌਲੀ ਕਰਕੇ ਗੁੜ ਚ ਮਿਲਾਏਗਾ, ਤੇ ਮੈਂ ਆਪਣੀ ਸਾਰੀ ਟੀਮ ਲੈ ਕੇ ਜਦੋਂ ਇੱਥੇ ਆਇਆ ਤਾਂ ਟਰਾਲੀ ਵੇਲਣੇ ਦੇ ਉੱਤੇ ਵਾਕਈ ਭਰੀ ਹੋਈ ਸੀ, ਜਿਹਦੇ ਵਿੱਚ ਇਹਨੇ ਆਪਣੇ ਮੂੰਹੋਂ ਦੱਸਿਆ ਕਿ 100 ਤੋਂ ਬਾਅਦ ਜਿਹੜੇ ਆ ਥੈਲੇ ਆ ਚੀਨੀ ਦੇ ਹੈਗੇ ਆ ਜੀ। ਉਸੇ ਵੇਲੇ ਡਾਕਟਰ ਸਾਹਿਬ ਨੂੰ, ਡਿਸਟ੍ਰਿਕਟ ਹੈਲਥ ਆਫਿਸਰ ਡਾਕਟਰ ਲਖਵੀਰ ਸਿੰਘ ਉਹਨਾਂ ਨੂੰ ਫੋਨ ਕੀਤਾ, ਆਪਣੇ ਸੀਨੀਅਰ ਅਫਸਰਾਂ ਨੂੰ ਮੈਂ ਫੋਨ ਕੀਤਾ, ਜੋ ਟੀਮ ਲੈ ਕੇ ਡਾਕਟਰ ਸਾਹਿਬ ਆ ਗਏ ਨੇ ਸੈਂਪਲ ਲੈ ਰਹੇ ਨੇ ਆ, ਕਿ ਉਹ ਇਹ ਸਾਡਾ ਹੈਲਥ ਡਿਪਾਰਟਮੈਂਟ ਦਾ ਤੇ ਪੰਜਾਬ ਪੁਲਿਸ ਦਾ ਜਿਹੜਾ ਇਹ ਸਾਂਝਾ ਆਪਰੇਸ਼ਨ ਹੈਗਾ ਆ, ਜਿਹਦੇ ਵਿੱਚ ਮਾਨਯੋਗ ਐਸ ਐਸ ਪੀ ਸਾਹਿਬ ਨੇ ਸਾਨੂੰ ਪਹਿਲਾਂ ਹੀ ਹਦਾਇਤ ਦਿੱਤੀ ਹੋਈ ਆ ਕਿ ਇਹ ਜਿਹੜੇ ਲੋਕ ਮਿਲਾਵਟ ਕਰਦੇ ਆ ਸਾਡੇ ਪੰਜਾਬ ਨੂੰ, ਬੱਚਿਆਂ ਨੂੰ ਜਿਹੜੀ ਆ ਇਹ ਜ਼ਹਿਰ ਖਾ ਰਹੇ ਆ, ਇਹਦੇ ਉੱਤੇ ਜਿਹੜਾ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਤੇ ਇਹਨਾਂ ਤੇ ਸਖ਼ਤ ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਉਸੇ ਲੜੀ ਵਿੱਚ ਅੱਜ ਡਾਕਟਰ ਸਾਹਿਬ ਨੇ ਆਏ ਆ ਸਾਡੇ ਸੱਦੇ ਦੇ ਉੱਤੇ ਤੇ ਆਪਣੀ ਸੈਂਪਲਿੰਗ ਕਰ ਰਹੇ ਨੇ। ਇਹ ਜੋ ਫੂਡ ਸੇਫਟੀ ਟੀਮ ਹੈਗੀ ਆ, ਜੋ ਵੀ ਕਾਨੂੰਨ ਅਨੁਸਾਰ ਇਹਨਾਂ ਦੀ ਸੈਂਪਲਿੰਗ ਕਰਕੇ ਆਪਣੀ ਕਾਰਵਾਈ ਅਮਲ ਵਿੱਚ ਲਿਆ ਰਹੀ। ਧੰਨਵਾਦ ਜੀ। ਰੋਲ ਸਰ, ਮੈਨੂੰ ਜਿਹੜੇ ਮੁੱਖ ਥਾਣਾ ਅਫਸਰ ਜਿਹੜੇ ਐਸ ਐਚ ਓ ਮੇਟੀਆਣਾ ਜਗਜੀਤ ਸਿੰਘ ਹੈਗੇ ਆ ਇੰਸਪੈਕਟਰ ਸਾਹਿਬ ਸਾਡੇ, ਇਹਨਾਂ ਦਾ ਫੋਨ ਕਾਲ ਗਈ ਆ ਔਰ ਇਹਨਾਂ ਨੇ ਕਿਹਾ ਸੀ ਵੀ ਡਾਕਟਰ ਸਾਹਿਬ ਇੱਥੇ ਟਰਾਲੀ ਇੱਕ ਵੇਲਣਾ ਆ ਫਗਵਾੜਾ ਰੋਡ ਤੇ ਅਤੋਵਾਲ ਦੇ ਲਾਗੇ, ਇੱਥੇ ਪੂਰੀ ਖੰਡ ਦੇ ਨਾਲ ਟਰਾਲੀ ਭਰੀ ਹੋਈ ਆ, ਤੁਸੀਂ ਆਓ ਤੇ ਇਹ ਵੇਲਣੇ ਤੇ ਜਿੱਦਾਂ ਪਤਾ ਹੀ ਹੁੰਦਾ ਵੀ ਗੁੜ ਨਹੀਂ ਬਣਾਉਂਦੇ ਲੋਕ, ਖੰਡ ਹੀ ਮਿਲਾ ਕੇ ਵੇਚੀ ਜਾਂਦੇ ਆ ਔਰ ਖੰਡ ਵੀ ਜਿਹੜੀ ਉਹ ਬੜੀ ਘੱਟ ਦਰਜੇ ਦੀ, ਘਟੀਆ ਦਰਜੇ ਦੀ ਲਿਆਉਂਦੇ। ਅਸੀਂ ਆਏ ਆ, ਮੇਰੀ ਫੂਡ ਸੇਫਟੀ ਟੀਮ ਆਈ ਆ, ਮਨੀਸ਼ ਸੋਢੀ ਫੂਡ ਸੇਫਟੀ ਅਫਸਰ, ਨਰੇਸ਼ ਕੁਮਾਰ ਸਾਡੇ, ਹੁਸਨ ਲਾਲ ਜੀ ਸਾਡੇ ਪਾਇਲਟ ਸਾਡੇ ਨਾਲ ਆ, ਤੇ ਅਸੀਂ ਇੱਥੇ ਆ ਕੇ ਵਾਕਿਆ ਹੀ ਦੇਖੀ ਆ, ਜਗਜੀਤ ਜੀ ਇਹਨਾਂ ਦੀ ਸਾਰੀ ਪੁਲਿਸ ਪਾਰਟੀ ਨਾਲ ਆ। ਸੋ ਜਦੋਂ ਇੱਥੇ ਆ ਕੇ ਦੇਖਿਆ ਤੇ ਖੰਡ ਦੇ ਸੈਂਪਲ, ਇਸ ਬੰਦੇ ਨੇ ਮੰਨਿਆ ਨੀਟੂ ਨੇ, ਇਹ ਸਾਂਵਲੀ ਦਾ ਪਿੰਡ ਵੀ ਇਹਨੇ ਦੱਸਤਾ ਸਾਰਾ ਵੀ ਉਹ ਯੂਪੀ ਤੋਂ ਆਇਆ ਔਰ ਇਹ ਮੰਨਦਾ ਆ ਵੀ ਅਸੀਂ ਖੰਡ ਮਿਲਾ ਕੇ ਗੁੜ ਬਣਾਉਂਦੇ ਆ, ਖੰਡ ਹੀ ਖਿਲਾਈ ਜਾਂਦੇ ਲੋਕਾਂ ਨੂੰ। ਲੋਕੀ ਭਾਵੇਂ ਹੁਣੇ ਇੱਕ BMW ਗੱਡੀ ਚ ਦੋ ਸਰਦਾਰ ਉਤਰੇ ਆ ਔਰ ਉਹ ਸਾਡੀਆਂ ਅੱਖਾਂ ਸਾਹਮਣੇ ਮੇਰੇ ਖਿਆਲ 10 ਕਿਲੋ ਗੁੜ ਲੈ ਕੇ ਗਏ ਆ, ਤੇ ਮੈਂ ਹੁਣ ਉਹਨਾਂ ਨੂੰ ਜਾਂਦਿਆਂ ਕਿਹਾ ਸੀ ਖਾ ਲਓ ਖੰਡ, ਖਾ ਲਓ ਲੈ ਜਾਓ, ਇਹ ਖੰਡ ਇੱਥੋਂ ਨਹੀਂ ਖਰੀਦ ਸਕਦੇ ਕਿਸੇ ਦੁਕਾਨ ਤੋਂ ਤੁਸੀਂ।
ਸੋ ਇਹ ਇਹਨਾਂ ਨੂੰ ਇਹ ਪੁੱਛੇ ਵੀ ਯੂਪੀ ਵਾਲਿਓ ਜੇ ਤੁਸੀਂ ਪੰਜਾਬ ਚ ਸਾਨੂੰ ਖੰਡ ਹੀ ਖਿਲਾਉਣ ਆਏ ਆ ਤੇ ਖੰਡ ਤਾਂ ਅਸੀਂ ਵਧੀਆ ਦਰਜੇ ਦੀ ਆਪੇ ਖਰੀਦ ਲਾਂਗੇ, ਤੁਹਾਡੇ ਤੋਂ ਕਿਉਂ ਖਰੀਦਣੀ ਆ? ਤੁਹਾਡੇ ਗੁੜ ਤਾਂ ਮੈਨੂੰ ਲੱਗਦਾ ਇਹ ਹੈ ਜੇ ਬਾਈਂਡਰ ਯੂਜ ਕਰਦੇ ਆ ਖੰਡ ਨੂੰ ਨਾ ਬਾਈਂਡ ਕਰਨ ਲਈ, ਤੇ ਜਿਹੜਾ ਇਹਨਾਂ ਦਾ ਅੱਧ ਦਰਜੇ ਦਾ ਘਟੀਆ ਗੁੜ ਹੈ। ਮੈਂ ਇਹ ਜ਼ਰੂਰ ਅਪੀਲ ਕਰਦਾ ਲੋਕਾਂ ਨੂੰ ਵੀ ਪਲੀਜ਼ ਮੇਰੇ ਪੰਜਾਬੀ ਭਰਾਵੋ, ਜਿਹੜਾ ਵੀ ਵੱਸਦਾ ਆ, ਜਿਹੜਾ ਫੋਰਨ ਚ ਮੇਰੇ NRI ਭਰਾ ਏ ਉਹ ਰੁਕ ਗਏ ਉੱਥੇ ਆਉਂਦੇ ਆਉਂਦੇ, ਸੋ ਜਿੰਨੇ ਵੀ ਇਹਨਾਂ ਨੇ ਵੀ ਗੁੜ ਬੜੇ ਚਾਵਾਂ ਨਾਲ ਖਾਣਾ ਉੱਧਰ ਜਾ ਕੇ ਵੀ ਸਾਡੇ ਗੁੜ ਦਾ ਹਾਲਾਤ ਇਹਨਾਂ ਨੇ ਇਹ ਬਣਾਤੇ ਆ, ਇਹ ਖੰਡ ਦੇ ਰਹੇ ਆ, ਖੰਡ ਲੋਕੀ ਵਿਚਾਰੇ ਮਰੀਜ਼ ਜਾਂ ਚਾਵਾਂ ਨਾਲ ਕੋਈ ਖਾਂਦੇ ਆ ਬਾਹਰ ਲਿਜਾਂਦੇ ਆ, ਸੋ ਇਹ ਪਤਾ ਨਹੀਂ ਸੁਧਰਨ ਦਾ ਕਦੋਂ ਸੁਧਰਨਗੇ, ਪਰ ਅਸੀਂ ਸੈਂਪਲ ਲੈ ਲੈਣੇ ਆ ਖੰਡ ਦੇ, ਖੰਡ ਇਹਦੇ ਬੁਰੇ ਸਾਰੇ ਸੀਲ ਕਰ ਦੇਣੀ ਆ, ਉਹ ਲਾ ਕੇ ਅੰਦਰ ਸਟੋਰ ਚ ਸੈਂਪਲ ਦੇਖਾਂਗੇ ਕੀ ਆਉਂਦੇ, ਰਿਜ਼ਲਟ ਕਿੱਦਾਂ ਦਾ ਆਉਂਦਾ, ਉਦਾਂ ਦੀ ਫਿਰ ਕਾਰਵਾਈ ਕਰਾਂਗਾ ਇਹਦੇ ਤੇ ਸਾਡੀ ਫੂਡ ਸੇਫਟੀ ਟੀਮ ਵੱਲੋਂ। ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਜਿੱਦਾਂ SHO ਸਾਹਿਬ ਨੇ ਜਾਂ ਕੋਈ ਹੋਰ ਬੰਦੇ ਵੀ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਆ ਵੀ ਇਹਨਾਂ ਨੇ ਆ ਗੁੱਲਰਾਂ ਜਿਹੀਆਂ ਦੇ ਥੱਲੇ ਵੀ ਖੰਡ ਪਾੜੀ ਹੋਈ ਆ, ਉਹ ਦੂਜੀ ਦੇ ਥੱਲੇ ਜਿਹੜੀ ਆ ਹੁੰਦੀ ਆ ਖੋਰੀ, ਖੋਰੀ ਦੇ ਵਿੱਚ ਖੰਡ ਲੁਕੋਈ ਹੁੰਦੀ ਆ, ਇਹ ਦੱਸੋ ਜੇ ਇਹ ਲੀਗਲ ਆ, ਜੇ ਜਾਇਜ਼ ਆ ਤਾਂ ਫਿਰ ਲੁਕਾਉਣ ਦੀ ਕੀ ਲੋੜ ਹੈ? ਸੋ ਮੈਂ ਕਹਿਣਾ ਚਾਹੁੰਦਾ ਵੀ ਪਹਿਲਾਂ ਇਹਨਾਂ ਕੋਲ ਰੀਜ਼ਨਿੰਗ ਸੀਗੀ ਵੀ ਸਾਡਾ ਜਿਹੜਾ ਗੰਨਾ ਕੱਚਾ ਆ ਅਸੀਂ ਤਾਂ ਪਾਉਂਦੇ ਆ, ਇਹਨਾਂ ਨੂੰ ਪੁੱਛਿਆ ਹੁਣ ਤਾਂ ਜਨਵਰੀ ਆ ਗਈ, ਹੁਣ ਤਾਂ ਖੰਡ ਮਿਲਾਂ ਵੀ ਸ਼ੁਰੂ ਹੋ ਗਈਆਂ, ਹੁਣ ਤੁਹਾਡੇ ਕੋਲ ਕਿਹੜਾ ਐਕਸਕਿਊਜ਼ ਹੈ? ਜਾਂ ਨਹੀਂ ਆਪਣੀ ਖੰਡ ਖਿਲਾਉਣ ਆਏ ਪੰਜਾਬ ਚ ਸਾਨੂੰ, ਇਹ ਉੱਥੇ ਜਾਣ ਜੋ ਮਰਜ਼ੀ ਕਰਨ ਖਿਲਾਉਣ ਆਪਣੇ ਦੇਸ਼ ਚ, ਉੱਥੇ ਦੀ ਫੂਡ ਸੇਫਟੀ ਟੀਮਾਂ ਇਹਨਾਂ ਦਾ ਮਿਆਰ ਦੇਖਣ, ਅਸੀਂ ਤਾਂ ਨਹੀਂ ਇਹਨਾਂ ਨੂੰ ਕਰਨ ਦੇਣਾ, ਅਸੀਂ ਪੰਜਾਬ ਦਾ ਗੁੜ ਨਹੀਂ ਜੇ ਖਰਾਬ ਹੋਣ ਦੇਣਾ, ਸਾਨੂੰ ਪੰਜਾਬ ਨਾਲ ਵੀ ਪਿਆਰ ਆ, ਪੰਜਾਬ ਦੀ ਹਰ ਚੀਜ਼ ਨਾਲ ਪਿਆਰ ਆ, ਇਹਨਾਂ ਨੂੰ ਨਹੀਂ ਹੈਗਾ, ਹੁਣ ਅਸੀਂ ਕੀ ਕਰੀਏ ਇਹਨਾਂ ਦਾ? ਇਹ ਆਪਣਾ ਸੁਧਾਰ ਕਰਨਾ ਨਹੀਂ, ਮੈਨੂੰ ਲੱਗਦਾ ਨਹੀਂ ਇਹ ਸੁਧਰਨਗੇ ਕਦੀ। ਹਾਂ, ਥੈਂਕ ਯੂ। ਤੂੰ ਯਾਰ ਇਤਨੇ ਜਵਾਬ ਦੇ, ਕਿਉਂ ਡਾਲਤਾ ਹੈ? ਲੋਕੀ ਹੈ ਨੀ, ਲੋਕੀ ਰੰਗੋਲਾ ਪਸੰਦ ਕਰਤੇ ਜੀ, ਕਲਮ ਤੋਂ ਕਾਲਾ ਬਣਾਤੇ, ਕਲਮ ਤੋਂ ਖੁਦਾ ਨੇ ਕਾਲਾ ਰੱਖਾ ਮੇਰੇ ਪਾਸ, ਦੇਖ ਲਓ ਆਪਕੋ ਕਲਰ ਦਿਖਾ ਦੂੰਗਾ ਜੀ। ਜੇ ਰੱਖਾ ਕਹਾਂ ਹੈ ਤੂਨੇ ਕਲਰ, ਜਹਾਂ ਬੇਲਣੇ ਵਿੱਚ ਰਬੜ ਕਿਉਂ ਸੀ, ਵਹਾਂ ਰਬੜ ਇਤਨੀ ਹੈ, ਉਹ ਕਿਉਂ ਜਲਾਤਾ ਹੈ ਵੀ ਆਗ, ਆਗ ਜਲਾਨੇ ਕੇ ਲੀਏ ਰਬੜ ਇਤਨੀ ਮੈਨੇ ਦੇਖੀ ਵਹਾਂ, ਉਹ ਤੇਰੇ ਬਾਲਣ ਮੈਂ, ਉਹ ਤਾਂ ਥੋੜੀ ਜਿਹੀ ਲੀਜ਼ ਦੀ ਹੈ, 20 ਕੁਇੰਟਲ ਲੱਗਦੇ, ਪਰ ਜਿਹੜੀ ਬਰਬਾਰ ਹੋ ਗਿਆ। 20 ਕੁਇੰਟਲ? 20 ਕੁਇੰਟਲ ਨਹੀਂ, 20 ਕੁਇੰਟਲ ਸੀ ਪਿਛਲੇ ਸਾਲ ਦੀ। ਅੱਛਾ, ਦੂਸਰੇ ਬੰਦੇ ਦੇ ਲੀਜ਼ ਦੇ ਉੱਤੇ? ਹਾਂ, ਕਰਨਾ ਕਿਆ ਉਸ ਆਗ ਜਲਾਨੇ ਕੇ ਲੀਜ਼? ਆਗ ਜਲਾਨੇ, ਤੁਝੇ ਪਤਾ ਉਸ ਸੇ ਪੋਲੂਸ਼ਨ ਕਿਤਨਾ ਫੈਲੇਗਾ? ਹਮਾਰੇ ਪਾਸ ਵੀ ਕੋਈ ਹੋੜ ਨਹੀਂ ਹੈ, ਜਾਗਾ ਇਧਰ ਦੇਖ ਲਓ ਜੀ, ਜੋ ਵੀ ਦੇਖੋ ਖਤਮ ਹੋ ਰਹੀ ਹੈ ਸਾਨੂੰ। ਹੈ, ਸਾਲ ਪੁਰਾਣੀ ਮਤਲਬ ਤੂੰ ਵਰਤ ਲਈ ਆ, ਖਤਮ ਹੋਣੀ ਆ, ਆ ਕੱਪੜੇ ਵੀ ਫਟਣੇ ਇੱਕ ਦਿਨ, ਵਰਤਦਾ ਵਰਤ ਹੀ ਖਤਮ ਹੋ ਗਈ, ਬੇੜਾ ਗਰ ਕਰੀ ਜਾਂਦੇ ਆ ਹਵਾ ਦਾ ਪੋਲੂਸ਼ਨ, ਇੱਧਰ ਦੇਖ ਏਅਰ ਸਭ ਖਤਮ, ਬੰਦਾ ਵੀ ਖਤਮ, ਹਵਾ ਉਹ ਬੰਦਾ ਲਊ ਕੀ, ਬੰਦੇ ਨੇ ਹਵਾ ਲੈਣੀ ਸਾ ਉਹ ਵੀ ਖਰਾਬ, ਗੁੜ ਖਾਣਾ ਤੂੰ ਉਹ ਵੀ ਖਰਾਬ, ਦਿਖਾ ਉਧਰ ਹੱਥ, ਦਿਖਾ ਉਧਰ, ਉਧਰ ਦਿਖਾ ਹੱਥ, ਉਹ ਦਿਖਾ, ਨਹੀਂ ਸਰ ਆ ਦੇ ਸਰ ਰੰਗ ਨਾਲੇ ਬਦਲ ਗਿਆ, ਗੂੜਾ ਰੰਗ ਆ ਗਿਆ।